ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਕੰਟੀਨੀ, ਨਹੀਂ ਇਕੱਲਾ ਸਵਾਗਤ ਨਹੀਂ, ਨਿੱਘਾ ਸਵਾਗਤ, ਕਿਉਂਕਿ ਠੰਡ ਹੋ ਗਈ। ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਕੰਟੀਨੀ ਮੰਡੀਰ ਦੇ ਵਿੱਚ। ਤੁਸੀਂ ਸ਼ੋਅ ਦੀ ਵੇਟ ਕਰਦੇ ਹੋਵੋਗੇ ਜਿੰਨੇ ਆ ਬੈਠੇ ਨੇ ਸੱਜਣ ਮਿੱਤਰ, ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਇਸ ਪ੍ਰੋਗਰਾਮ ਦੇ ਰਾਹੀਂ ਮੈਂ ਤੁਹਾਨੂੰ ਵੱਖ ਵੱਖ ਕਾਲਜਾਂ ਦੀਆਂ ਸੋਹਣੀਆਂ ਸੋਹਣੀਆਂ ਕੰਟੀਨਾਂ ਅਤੇ ਆਲੇ ਦੁਆਲੇ ਖੜ੍ਹੇ ਹੋਏ ਬੈਠੇ ਹੋਏ ਸੋਹਣੇ ਸੋਹਣੇ ਬੱਚਿਆਂ ਤੋਂ ਗਾਣੇ ਸੁਣਦਾ ਹੁੰਦਾ, ਹੈ ਨਾ, ਮਸਤੀ ਕਰੀਦੀ ਹੈ, ਬੱਚਿਆਂ ਨੂੰ ਰੂਬਰੂ ਕਰਾਉਣਾ, ਉਹਨਾਂ ਨਾਲ ਟੈਲੈਂਟ ਤੁਹਾਡੇ ਅੱਗੇ ਲੈ ਕੇ ਆਉਣਾ ਹੁੰਦਾ। ਅਤੇ ਉਵੇਂ ਹੀ ਅੱਜ ਮੈਂ ਆ ਪਹੁੰਚਿਆ ਜੀ GNI ਕਾਲਜ, ਜਿਹੜਾ ਕਿ ਮੁਲਾਣਾ ਦੇ ਵਿੱਚ ਪੈਂਦਾ। ਕੈਂਪਸ ਬਾਈ ਬਹੁਤ ਸ਼ਾਨਦਾਰ ਹੈ, ਬਹੁਤ ਵੱਡੀ ਬਿਲਡਿੰਗ ਹੈ, ਸ਼ੀਸ਼ੇ ਸ਼ੂਸ਼ੇ ਜੜ ਰੱਖੇ ਇਹਨਾਂ ਨੇ ਵੀ ਸੋਹਣੇ, AC ਤੇ AC ਲਾਇਆ ਹੋਇਆ। ਅਤੇ ਬੱਚੇ ਕਿੰਨੇ ਕੁ ਸ਼ਾਨਦਾਰ ਹੈਗੇ ਨੇ, ਕਿੰਨਾ ਕੁ ਟੈਲੈਂਟ ਹੈ, ਉਹ ਆਪਾਂ ਦੇਖ ਲੈਂਦੇ ਹਾਂ, ਹੈਗੇ ਨਹੀਂ, ਕਰੀਏ ਗੱਲਬਾਤ ਸ਼ੁਰੂ। ਆ ਜਾਓ ਫਿਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ? ਵਧੀਆ ਜੀ। ਵਧੀਆ ਜੀ। ਅਤੇ ਆਹ ਕੀ ਪੜ੍ਹ ਹੋ ਰਿਹਾ? ਕਮਿਊਨੀਕੇਸ਼ਨ ਇਜ਼ ਅ ਮੋਡ। ਅੱਛਾ, ਨਾਮ ਕੀ ਤੁਹਾਡਾ? ਰਮਨਪ੍ਰੀਤ ਕੌਰ। ਰਮਨਪ੍ਰੀਤ ਕੌਰ, ਰਮਨ ਕਿੱਥੋਂ ਬਿਲੋਂਗ ਕਰਦੇ ਹੋ? ਅੰਬਾਲਾ ਸਿਟੀ। ਅੰਬਾਲਾ ਸਿਟੀ ਤੋਂ। ਅੱਛਾ, ਆ ਜਿਹੜਾ ਕਮਿਊਨੀਕੇਸ਼ਨ ਹੈ ਨਾ, ਇਹ ਲਾਈਨ ਹੈਗੀ ਹੈ, ਕਮਿਊਨੀਕੇਸ਼ਨ ਇਜ਼ ਅ ਮੋਡ ਟੂ ਸ਼ੇਅਰ ਆਈਡੀਆਜ਼ ਐਂਡ ਇਨਫੋਰਮੇਸ਼ਨ, ਇਹਨੂੰ ਗਾਣੇ 'ਚ ਗਾਉਣਾ। ਮੈਂ ਤੁਹਾਨੂੰ ਦੱਸ ਦਿੰਦਾ, ਦੇਖੋ ਜੀ, ਇਹ ਨਵੀਂ ਜੀ ਟੈਕਨੀਕ ਲੱਭ ਗਈ ਇੱਕ ਆਪਾਂ ਨੂੰ, ਵੀ ਜਿੱਦਾਂ ਲਾਈਨ ਹੈ ਇਹਨੂੰ ਆਪਾਂ ਗਾਣੇ 'ਚ ਗਾਉਣਾ। ਉਹ ਕਮਿਊਨੀਕੇਸ਼ਨ ਇਜ਼ ਅ ਮੋਡ ਟੂ ਸ਼ੇਅਰ ਆਈਡੀਆਜ਼ ਐਂਡ ਇਨਫੋਰਮੇਸ਼ਨ, ਆ ਕਮਿਊਨੀਕੇਸ਼ਨ ਇਜ਼ ਨੋਟ ਸਬਜੈਕਟਿਡ ਟੂ ਜਸਟ ਦਾ ਓਰਲ। ਠੀਕ ਹੈ ਜੀ, ਇਹਨੂੰ ਹੁਣ ਗਾਣੇ 'ਚ ਗਾਓ। ਆ ਪਹਿਲੀ ਲਾਈਨ ਗਾਣੇ 'ਚ ਗਾ ਦਿਓ। ਕਮਿਊਨੀਕੇਸ਼ਨ ਇਜ਼ ਦ ਮੋਡ ਆਫ ਸ਼ੇਅਰ। ਨਹੀਂ ਨਹੀਂ, ਇਹ ਪੜਾਈ। ਆ ਦੇਖੋ, ਪਤਾ ਕੀ, ਸੁਰ ਫੜੋ। ਹੋ, ਕਮਿਊਨੀਕੇਸ਼ਨ ਇਜ਼ ਅ ਮੋਡ ਟੂ ਸ਼ੇਅਰ ਆਈਡੀਆਜ਼ ਐਂਡ ਇਨਫੋਰਮੇਸ਼ਨ। ਕਮਿਊਨੀਕੇਸ਼ਨ ਇਜ਼ ਦ ਮੋਡ ਆਫ ਸ਼ੇਅਰ। ਠੀਕ ਹੈ ਠੀਕ ਹੈ ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਵਧੀਆ। ਅੱਛਾ, ਲਾਲ ਇਹ ਤੇ ਲਾਲ ਟੋਪਸ, ਬਹੁਤ ਸੋਹਣਾ ਬਹੁਤ ਸੋਹਣਾ। ਇਹ ਕਿੱਦਾਂ, ਬਹੁਤ ਤਿਆਰੀ ਕਰਦੇ ਹੋਣਾ ਨਾ, ਸੋਚ ਰਾਤ ਨੂੰ ਸੋਚਦੇ ਹੋਵੋਗੇ ਵੀ ਕੱਲ ਕੀ ਪਾਉਣਾ। ਹਾਂਜੀ, ਬਸ ਮੇਕਅਪ ਬਾਕਸ ਤੋਂ ਕੱਢੀਦਾ। ਔਰ ਅੱਛਾ, ਮੇਕਅਪ ਬਾਕਸ ਤੋਂ ਕੱਢੀਦਾ। ਅੱਛਾ, ਮੇਕਅਪ ਕਰਦੇ ਹੋ ਫਿਰ? ਥੋੜਾ ਬਹੁਤ ਜ਼ਰੂਰੀ ਵੀ ਹੈ, ਦੇਖੋ ਹੈਗੇ ਨਹੀਂ, ਕਾਲਜ ਆਉਣਾ ਹੁੰਦਾ, ਪੜ੍ਹਾਈ ਪੜ੍ਹਾਈ ਤਾਂ ਹੁੰਦੀ ਰਹਿੰਦੀ ਹੈ, ਮੇਕਅਪ ਬਹੁਤ ਜ਼ਰੂਰੀ ਹੈ, ਹੈਗੇ ਨਹੀਂ, ਇਹ ਤਾਂ ਫਿਰ ਨਹੀਂ ਸਰਦਾ। ਕੀ ਨਾਮ ਕੀ ਹੈ ਜੀ? ਮੀਤ। ਅੱਛਾ, ਸਪੋਜ਼ ਕਰੋ ਵੀ ਤੁਸੀਂ ਕੱਲ੍ਹ ਸਵੇਰੇ ਉੱਠੇ, ਅੱਜ ਰਾਤ ਨੂੰ ਜਾ ਕੇ ਸੁੱਤੇ ਹੋ, ਸਵੇਰੇ ਜਾ ਕੇ ਉੱਠੇ, ਤੁਹਾਨੂੰ ਇੱਕ ਪਾਵਰ ਮਿਲਦੀ ਹੈ ਕਿ ਤੁਸੀਂ ਕੁਛ ਵੀ ਕਰ ਸਕਦੇ ਹੋ, ਜੋ ਤੁਸੀਂ ਚਾਹੁੰਦੇ ਹੋ, ਸਭ ਤੋਂ ਪਹਿਲਾਂ ਕੰਮ ਕੀ ਕਰੋਗੇ? ਮੈਂ ਵਰਲਡ ਤੋਂ ਕਰਪਸ਼ਨ ਹਟਾ ਦਾਂਗੀ। ਅੱਛਾ, ਸਭ ਤੋਂ ਪਹਿਲਾਂ? ਇੰਨੇ ਸਿਆਣੇ ਲੱਗਦੇ ਨਹੀਂ ਤੁਸੀਂ। ਹੈਗੀ ਆ। ਅੱਛਾ ਅੱਛਾ, ਹੋਰ ਕੰਮ ਕੀ ਕਰੋਗੇ? ਹੋਰ ਮੈਂ ਇੱਥੇ ਹੋਇਆ ਕੁਛ? ਇੱਥੇ ਹੋਇਆ? ਨਹੀਂ। ਅੱਛਾ, ਮੈਂ ਕਿਹਾ ਵੈਸੇ ਹੀ ਸਟਾਈਲ ਹੈ। ਅੱਛਾ, ਮੁੰਦਰੀਆਂ ਦਿਖਾਉਣੀਆਂ ਉਹ ਤੁਹਾਡੀ ਟੀਵੀ ਤੇ, ਮੁੰਦਰੀਆਂ ਦਿਖਾਉਣੀਆਂ ਕੁੜੀ ਨੇ ਵੀ, ਆਹ ਦੇਖੋ ਵੀ ਛੱਪਾਂ ਛਾਲੇ ਵੀ ਪਾਏ ਹੋਏ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਠੀਕ ਹੈ। ਕੀ ਨਾਮ ਹੈ ਜੀ? ਮੇਰਾ ਨਾਮ ਪਲਕ ਹੈ। ਪਲਕ, ਅੱਛਾ, ਕਿੱਥੋਂ ਬਿਲੋਂਗ ਕਰਦੇ ਹੋ? ਬਰਾੜਾ। ਡਿਪਾਰਟਮੈਂਟ ਕਿਹੜਾ? ਆਈਟੀ। ਆਈਟੀ 'ਚ ਕੀ ਹੁੰਦਾ? ਆਈਟੀ ਵਿੱਚ ਮੋਸਟਲੀ ਜਿਵੇਂ ਸੌਫਟਵੇਅਰ ਹਾਰਡਵੇਅਰ ਬਾਰੇ ਦੱਸਿਆ ਜਾਂਦਾ। ਸੌਫਟਵੇਅਰ ਤੇ ਹਾਰਡਵੇਅਰ। ਅੱਛਾ, ਕੰਪਿਊਟਰ ਕੰਪਿਊਟਰ ਦਾ ਸਾਰਾ ਭੰਬਲ ਭੂਸਾ ਜਿਹਾ ਹੋਈ। ਇਲੈਕਟ੍ਰੋਨਿਕਸ ਵੀ ਪੜ੍ਹਨੀ ਪੈਂਦੀ ਸਾਨੂੰ। ਅੱਛਾ, ਇਹ ਦੁਖੀ ਜਿਹਾ ਹੋ ਗਿਆ ਕਿ ਔਖਾ ਕੰਮ? ਹਾਂ। ਅੱਛਾ ਅੱਛਾ, ਹਟ ਜਾਂਦੀ ਹੈ ਫਿਰ ਆ ਕੇ। ਓਹ, ਕਿੱਥੇ ਕਿੱਥੇ ਗਈ? ਕਿੱਥੇ? ਨਹੀਂ ਨਹੀਂ, ਸਪਲੀਆਂ 'ਚ। ਅੱਛਾ, ਸਪਲੀਆਂ ਜੜ ਜਾਂਦੀ ਹੈ। ਠੀਕ ਹੈ ਠੀਕ। ਆਹ ਕਿੱਦਾਂ, ਆਹ ਫੈਸ਼ਨ ਹੈ? ਨਕਲ ਨੁਕਲ ਇਕੱਠੀ ਆਪਣਾ ਡੀਜੇ ਡੂਜੇ ਹੈਗਾ? ਕੀ ਨਾਮ ਹੈ ਜੀ ਆਪਣਾ? ਨਿਰਵੈਰ ਕੌਰ। ਨਿਰਵੈਰ ਕੌਰ, ਕੱਚਾ ਨਾਮ ਕੀ ਆਪਣਾ? ਨੀਰੂ। ਆਏ ਹਾਏ ਨੀਰੂ, ਜਮਾ ਨੀਰੂ ਬਾਜਵਾ ਵਰਗੀ ਹੈ। ਮੈਂ ਨੀਰੂ ਗਿੱਲੋ। ਅੱਛਾ, ਤੁਸੀਂ ਨੀਰੂ ਗਿੱਲੋ, ਚਲੋ ਠੀਕ ਹੈ ਠੀਕ ਹੈ। ਤੇ ਗੱਲ ਚ ਗਾਨੀ ਨਾਲ ਪਾਇਆ ਖੰਡਾ ਹੈ? ਹਾਏ ਹਾਏ ਹਾਏ, ਗਿਫਟਿਡ ਹੈ ਇਹ। ਅੱਛਾ, ਗਿਫਟ ਵਾਲੀ ਹੈ ਭਾਈ, ਗਿਫਟ ਬੋਲ ਲੈਂਦੀ ਹੈ। ਠੀਕ ਹੈ ਠੀਕ ਹੈ ਠੀਕ ਹੈ। ਆਪਣਾ ਆਪਣਾ ਘੱਟ ਹੀ ਖਰੀਦਦੇ ਹੋ? ਨਹੀਂ, ਆਪਣਾ ਵੀ ਖਰੀਦਦੇ ਹੋ। ਆਪਣੀ ਸੇਵਿੰਗ ਜ਼ਿਆਦਾ ਥੋੜ੍ਹੀ ਹੈ ਕਿ ਨਹੀਂ? ਗਿਫਟ ਗੁਫਟ ਮਿਲ ਕਿਹਨਾਂ ਨੇ ਦਿੱਤਾ ਹੈ?
ਸਿਸਟਰ ਨੇ ਸਿਸਟਰ ਨੇ ਕੋਈ ਬ੍ਰਦਰ ਨੇ ਸਿਸਟਰ ਨੇ ਇਹ ਭੈਣ ਭਰਾ ਇਹੋ ਜਿਹੇ ਹੁਣ ਮੇਰੇ ਵਾਲਾ ਭਰਾ ਜਰਾ ਕੈਨੇਡਾ ਬੈਠਾ ਕੋਈ ਦਿੰਦਾ ਦਿੰਦੇ ਨਹੀਂ ਮੈਂ ਤਾਂ ਮੰਗਾਉਂਦਾ ਰਹਿਣਾ ਬਾਈ ਬੂਟ ਵੱਢ ਭੇਜ ਦੇ ਚਲੋ ਠੀਕ ਹੈ ਭੈਣ ਭਰਾ ਇਹਨਾਂ ਦੇ ਹੁਣ ਚਲੋ ਤੁਹਾਡੀ ਭਰਾ ਤੁਹਾਡੀ ਭੈਣ ਸਾਡੀ ਭੈਣ ਹਨਾ ਸ਼ਾਇਦ ਕੋਈ ਦੇ ਦੇਵੇ ਸਾਨੂੰ ਗਿਫਟ ਅਤੇ ਸਾਡੇ ਵੀ ਦਿੰਦੇ ਬਣਾਏ ਹੋਏ ਨੇ ਅਭੀ ਅੱਛਾ ਇਹ ਬਣਾਏ ਹੋਏ ਨੇ ਹਾਂ ਆਹ ਗੱਲ ਵਧੀਆ ਅੱਛਾ ਬਣਾ ਅੱਛਾ ਤੁਸੀਂ ਉਹੋ ਜਿਹਾ ਬਣਾਉਂਦੇ ਹੋ ਜਿਹੜਾ ਗਿਫਟ ਦਿੰਦਾ ਹੋਊਗਾ ਜਿਹੜਾ ਕੋਈ ਗਿਫਟ ਨਾ ਦੇਵੇ ਲੰਘ ਜਾਓ ਬਾਈ ਅੱਛਾ 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 ਠੀਕ ਹੈ ਤੁੱਤੇ ਉੱਠੇ ਹੋ ਸਵੇਰੇ ਉੱਠ ਕੇ ਸਿਰਫ ਤੁਹਾਨੂੰ ਪਤਾ ਕਿ ਮੇਰੇ ਕੋਲ ਪਾਵਰ ਹੈ ਮੈਂ ਜੋ ਮਰਜ਼ੀ ਕਰ ਸਕਦੀ ਹਾਂ ਇੱਕ ਦਿਨ ਲਈ ਸਭ ਤੋਂ ਪਹਿਲਾਂ ਕੰਮ ਕੀ ਹੋਊਗਾ ਮੈਂ ਆਪਣੀ ਬੀਟੈਕ ਦੀ ਡਿਗਰੀ ਬਿਨਾਂ ਸਪਲੀਆਂ ਤੋਂ ਕਲੀਅਰ ਕਰਨੀ ਹੈ ਅੱਛਾ 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 ਪਹਿਲਾ ਕੰਮ ਇਹ ਹੋਊਗਾ ਕਿਹੜਾ ਸਬਜੈਕਟ ਕਿਹੜਾ ਹੈ ਓਪਸ ਜਿਹੜਾ ਆਪ ਚ ਹੀ ਓਪਸ ਹੈ ਹੈ ਉਹ ਪਾਸ ਕਿਵੇਂ ਹੋ ਜਾਊਗਾ ਭਾਈ ਦੇਖੋ ਇਹਨਾਂ ਦੇ ਸਬਜੈਕਟ ਦਾ ਨਾਮ ਹੈ ਜੀ ਓਪਸ ਇਹ ਤਾਂ ਔਖਾ ਹੈ ਨਾ ਔਖਾ ਚਲੋ ਠੀਕ ਹੈ ਕੋਈ ਚੱਕਰ ਨਹੀਂ ਜੀ ਹਾਂਜੀ ਕੰਟੀਨ ਚ ਕਿੰਨਾ ਕੁ ਗੇੜਾ ਲਾਉਂਦੇ ਹੁੰਦੇ ਹੋ ਰਿਸੈਸ ਮੇ ਲੱਗ ਜਾਤਾ ਹੈ ਔਰ ਤੋ ਬਾਕੀ ਲੈਕਚਰਸ ਵਗੈਰਾ ਹੁੰਦੇ ਹੈ ਯਹਾਂ ਪੇ ਅੱਛਾ ਲੈਕਚਰ ਪੂਰੇ ਲਗਾਤੇ ਹੋ ਲੈਕਚਰ ਲਗਾਣੇ ਪੜਦੇ ਆ ਬੇ ਬੰਕ ਤੋਂ ਮਾਰ ਨਹੀਂ ਸਕਦੇ ਨਾ ਅੱਛਾ ਅੱਛਾ ਮਾਰਨ ਨੂੰ ਦਿਲ ਕਰਦਾ ਬਹੁਤ ਦਿਲ ਕਰਦਾ ਆਏ ਹੈ ਕਿੰਨਾ ਕੁ ਓਏ ਬਹੁਤ ਜ਼ਿਆਦਾ ਕਰਦਾ ਮੈਂ ਸਮਝ ਗਿਆ ਫੀਲਿੰਗ ਅੱਖਾਂ ਹੀ ਬੰਦ ਹੋ ਗਈਆਂ ਮੁੰਡੇ ਦੀਆਂ ਬੈਠੋ ਬੈਠੋ ਬੈਠ ਬੈਠੋ 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 ਕੀ ਨਾਮ ਕੀ ਹੈ ਜੀ ਗੁਰਲੀਨ ਹਾਂਜੀ ਗੁਰਲੀਨ ਉੱਚੀ ਬੋਲੋ ਘਰੇ ਤੇ ਬੜਾ ਰੋਲਾ ਰੋਲਾ ਪਾਉਂਦੇ ਹੋਗੇ ਤੁਸੀਂ ਗੁਰਲੀਨ ਗੁਰਲੀਨ ਕਿਹੜਾ ਈਅਰ ਆਪਣਾ ਹਾਂਜੀ ਮੁਲਾਣਾ ਹੁਣ ਈਅਰ ਪੁੱਛਿਆ ਅੱਛਾ ਮੈਂ ਕਿਹਾ ਕਿਹੜਾ ਈਅਰ ਹੈ ਕਹਿੰਦੇ ਮੁਲਾਣਾ ਥਰਡ ਅੱਛਾ ਥਰਡ ਈਅਰ ਤੇ ਡਿਪਾਰਟਮੈਂਟ ਕਿਹੜਾ ਆਈਟੀ 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 ਥੋੜੀ ਆਈ ਸਪਲੀ ਸੁਪਲੀ ਪਿੱਛੇ ਤਾਂ ਬਹੁਤ ਆਈਆਂ ਉਹਨਾਂ ਦੀਆਂ ਹਾਂਜੀ ਅੱਛਾ ਤੁਸੀਂ ਵੀ ਸਪਲੀ ਵਾਲੇ ਹੋ ਅੱਛਾ ਤੇ ਕਿੰਨੀਆਂ ਗਾਗੀਆਂ ਦੋ ਮੈਥਸ ਐਂਡ ਓਪਸ ਮੈਥਸ ਐਂਡ ਓਪਸ ਯਾਰ ਓਪਸ ਵਾਲੀ ਸਪਲੀ ਇੱਧਰ ਵੀ ਅੜੀ ਫਿਰਦੀ ਹੈ ਵੀ ਇਹ ਨਹੀਂ ਪਾਸ ਹੋਣਾ ਕਿਸੇ ਦਾ ਸ਼ੁਕਰ ਆ ਵੀ ਮੈਂ ਨਹੀਂ ਕੀਤੀ ਨਹੀਂ ਤਾਂ ਓਪਸ ਹੀ ਹੋਣਾ ਸੀਗਾ ਸਾਰਾ ਤੇ ਘਰ ਦੇ ਕੁਝ ਕਹਿੰਦੇ ਨਹੀਂ ਵੀ ਸਪਲੀਆਂ ਆ ਗਈਆਂ ਕਿ ਦੱਸਿਆ ਨਹੀਂ ਨਹੀਂ ਦੱਸ ਦਿੱਤਾ ਦੱਸ ਦਿੱਤਾ ਕੀ ਕਹਿੰਦੇ ਅਗਲੀ ਵਾਰੀ ਕਲੀਅਰ ਕਰ ਲੈਣਾ ਅੱਛਾ ਤੇ ਡਾਂਟ ਡੂਟ ਪਈ ਸੀ ਹਾਂਜੀ ਕਿੰਨੇ ਕੁ ਬਹੁਤ ਅੱਛਾ ਰਿਸ਼ਤੇਦਾਰ ਵੀ ਮਜ਼ਾਕ ਉਡਾਉਂਦੇ ਹੋਣੇ ਵੀ ਸਾਡੀ ਉਹ ਨਕੰਮੀ ਕੁੜੀ ਆ ਵੀ ਇਹ ਨਹੀਂ ਪੜ੍ਹਦੀ ਹੈਂ ਉਡਾਉਂਦੇ ਮਜ਼ਾਕ ਨਹੀਂ ਕੀ ਕਹਿੰਦੇ ਆ ਚੰਗੀ ਆ ਹਾਂਜੀ ਅਜੀਬ ਕਰਕੇ ਦਵਾਇਆ ਕਰੋ ਐ ਕਰੇ ਉਹੀ ਪੰਗੇ ਲੈਣੇ ਹੁੰਦੇ ਤੁਹਾਨੂੰ ਪਤਾ ਸੀ ਛੋਟੇ ਹੁੰਦੇ ਕੱਢਦੇ ਨਹੀਂ ਹੁੰਦੇ ਐਂ ਕਰਕੇ ਜਵਾਕਾਂ ਨੂੰ ਹਾਂਜੀ ਛੋਟੇ ਸੀ ਨਾ ਅੱਛਾ ਕੱਢੇ ਵੱਡੇ ਵੀ ਕੱਢੋ ਉਹ ਟੀਵੀ ਤੇ ਦੇਖ ਰਹੇ ਸਾਰੇ ਟੀਵੀ ਨੂੰ ਕੱਢ ਦੋ ਚਲੋ ਠੀਕ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਬਸ ਵਧੀਆ ਤੁਸੀਂ ਸੁਣਾਓ ਆ ਮੱਖੀ ਬੈਠੀ ਕੀ ਗੱਲ ਫੋਨ ਅਸੀਂ ਕੀ ਕਰੇ ਜੇ ਇੱਥੇ ਮੱਖੀਆਂ ਨੇ ਅੱਛਾ 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 ਧੋਤੀ ਨਹੀਂ ਸ਼ਰਟ ਧੋਤੀ ਹੋਈ ਹੈ ਐਦਾਂ ਕਿੱਦਾਂ ਮੈਂ ਆ ਕਰਦਾ ਆ ਆ ਦਿਖਾਇਓ ਉਂਗਲਾਂ ਆ ਨੋ ਕਿਉਂ ਕੁੜੀਆਂ ਵਧਾਉਂਦੀਆਂ ਮੈਨੂੰ ਇਹ ਨਹੀਂ ਸਮਝਦੇ ਸਟਾਈਲ ਹੈ ਫੈਸ਼ਨ ਨਹੀਂ ਬਿਲਕੁਲ ਹੀ ਫੈਸ਼ਨ ਹੈ ਔਰ ਨਾਲੇ ਹਾਂ ਬਿਲਕੁਲ ਆਪਣੀ ਸਿਕਿਉਰਿਟੀ ਲਈ ਆਪਣੀ ਸਿਕਿਉਰਿਟੀ ਲਈ ਤਾਂ ਕੁੜੀਆਂ ਨੋ ਵਧਾਉਂਦੀਆਂ ਇਹ ਵੀ ਦੇਖੋ ਹੁਣ ਜਿੱਦਾਂ ਸਾਨੂੰ ਮੈਨੂੰ ਹੁਣ ਕਿਤੇ ਖੁਰਕ ਹੁੰਦੀ ਹੋਵੇ ਬੜਾ ਔਖਾ ਹੁੰਦਾ ਮੁੰਡਾ ਨਹੀਂ ਇਸ ਕੰਮ ਲਈ ਨਹੀਂ ਕੁੜੀ ਦੇ ਲੰਬੇ ਨੋ ਹੁਣ ਆਰਾਮ ਨਾਲ ਕੜਚ ਹਣਾ ਨਾਲੇ ਖੁਰਕ ਵਧੀਆ ਹੋ ਜਾਂਦੀ ਜਿੱਥੇ ਵਿਚਾਰਾ ਮੱਛਰ ਲੜਿਆ ਹੁੰਦਾ ਮੱਛਰ ਵਿਚਾਰਾ ਐ ਹੁੰਦਾ ਕੋਈ ਛੇੜੇਗਾ ਤੇ ਫਿਰ ਉਹਦੇ ਲੱਗਣਗੇ ਨਹੀਂ ਉਹ ਤਾਂ ਵਧੀਆ ਗੱਲ ਹੈ ਸਿਕਿਉਰਿਟੀ ਨਾਲ ਵੀ ਵਧੀਆ ਪਰ ਜੇ ਖੁਰਕ ਹੁੰਦੀ ਹੋਵੇ ਗੋਡੇ ਦੇ ਗਿੱਟੇ ਦੇ ਨਾ ਬਿਲਕੁਲ ਵੀ ਨਹੀਂ ਅਸੀਂ ਨਾ ਕੇ ਆਂਦੇ ਸਾਡੇ ਖੁਰਕ ਨਹੀਂ ਹੁੰਦੀ ਚਲੋ ਨਾ ਮੰਨੋ ਹਾਂਜੀ ਆ ਜਾਓ ਹਾਂਜੀ ਸਰ ਕਿੱਦਾਂ ਜੀ ਵਧੀਆ ਜੀ ਕੈਮੋ ਕੈਮ ਭੋਲੇ ਜੇ ਲਾਦੇ ਪਰ ਹੈ ਨਹੀਂ ਇਦਾਂ ਹੀ ਆ ਜੀ ਹਨਾ ਕਿੰਨੀ ਘੁੱਟ ਪਈ ਅੱਜ ਦਾ ਘਰਦਿਆਂ ਤੋਂ ਮੁਸ਼ਕਲ ਨਹੀਂ ਮੁਸ਼ਕਲ ਕੀ ਘਰਦਿਆਂ ਲਈ ਕਿ ਤੁਹਾਡੇ ਲਈ ਮੇਰੇ ਲਈ ਅੱਛਾ ਘੁੱਟ ਖਾਣੀ ਨਾ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਸਵਾਲ ਨਹੀਂ ਪੈਦਾ ਹੁੰਦਾ ਇਹ ਵਾਲਾ ਅੱਛਾ ਇਹ ਕੰਨ ਬਣਵਾਏ ਆ ਹਾਂਜੀ ਇਹ ਕਿੱਦਾਂ ਇਹ ਕਿੱਥੋਂ ਚਾਹ ਚੜ ਗਿਆ ਚਾਹ ਚੜ ਜਾਂਦਾ ਬਸ ਬੜਾ ਪੁੱਠਾ ਚਾਹ ਚੜਿਆ ਬਾਈ ਨੂੰ ਹੈ ਕੰਨ ਹੀ ਬਣਵਾ ਜਾ ਮੂਡ ਤੇ ਡਿਪੈਂਡ ਕਰਦਾ ਮੂਡ ਤੇ ਡਿਪੈਂਡ ਕਰਦਾ ਚਲੋ ਠੀਕ ਹੈ ਠੀਕ ਹੈ ਮੱਖੀ ਬਹੁਤ ਬੈਂਦੀ ਇੱਥੇ ਮਿੱਠੇ ਬੰਦੇ ਹੈਗੇ ਮਿੱਠੇ ਬੰਦੇ ਅੱਛਾ ਮਿੱਠੇ ਬੰਦੇ ਇਹ ਨਹੀਂ ਕਹਿੰਦੇ ਵੀ ਅਸੀਂ ਨਹਾਉਂਦੇ ਨਹੀਂ ਕਹਿੰਦੇ ਬੰਦੇ ਮਿੱਠੇ ਆ ਨਹੀਂ ਨਹੀਂ ਮਿੱਠੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੁਣ ਬੋਲੋ ਫਿਰ ਉਹਨਾਂ ਨੇ ਬੜਾ ਕਾਮ ਰੋਲੀ ਪਾਈ ਹੈ ਹੈ ਕਿੱਦਾਂ ਕੀ ਅੱਛਾ ਵਾਲ ਅੱਗੇ ਕਰਕੇ ਇਸ ਟਾਈਮ ਆਏ ਹੋਏ ਮਰ ਜਾ ਆਹ ਕਿੱਦਾਂ ਆਹ ਸੱਟ ਲੱਗੀ ਗਈ ਆਪ 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 ਹੀ ਖਾ ਗਏ ਇਹ ਮਿਲਿਆ ਤਾਂ ਅੰਗੂਠਾ ਜੂਸਦੇ ਹੋਣੇ ਤੁਸੀਂ ਆਹ ਦਿਖਾਇਓ ਅੰਗੂਠਾ ਦੇਖੋ ਕੁੜੀ ਦਾ ਇਹਦੀ ਅੰਗੂਠਾ ਜੂਸਦੇ ਹੋਣੇ ਮੇਰਾ ਦੰਦ ਵੱਜ ਗਿਆ ਆਪਣੇ ਜਿਹਾ ਸਮਝਿਆ ਵਾ ਨਹੀਂ ਮੈਂ ਕੋ ਲਾਈ ਹੈ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਮੁਲਾਣਾ ਤੋਂ ਇੱਥੋਂ ਨੇੜੇ ਕੀ ਨਾਮ ਕੀ ਤੁਹਾਡਾ ਬਬਨੀਤ ਕੌਰ ਬਬਨੀਤ ਕੌਰ ਤੇ ਨਿਕਨੇਮ ਕੀ ਹੈ ਬੇਬੋ ਬੇਬੋ ਹਾਏ ਓਏ ਬੇਬੋ ਤੁਹਾਨੂੰ ਇੰਨੀ ਸੰਗ ਕਿਉਂ ਆਉਂਦੀ ਹੈ ਤੁਹਾਡੇ ਤੋਂ ਹੀ ਆ ਰਹੀ ਆ ਅੱਛਾ ਮੇਰੇ ਤੋਂ ਹੀ ਆ ਰਹੀ ਹੈ ਤੁਸੀਂ ਫਲੈਟ ਹੀ ਆ ਨਾ ਤੁਹਾਡੇ ਅੱਛਾ ਅੱਛਾ ਬੜਾ ਵੱਡਾ ਰੋਗ ਲਾਦਾ ਬਾਈ ਕਹਿੰਦੇ ਫਲੈਟ ਹੀ ਹੈ ਮੁੰਡਾ ਓਹੋ ਅੱਛਾ ਸਪੋਜ਼ ਕਰੋ ਵੀ ਤੁਸੀਂ ਸੋ ਜਾਂਦੇ ਹੋ ਸਵੇਰੇ ਉੱਠਦੇ ਹੋ ਤੁਹਾਨੂੰ ਇੱਕ ਪਾਵਰ ਮਿਲਦੀ ਹੈ ਅੱਛਾ ਵੀ ਤੁਸੀਂ ਕੁਝ ਵੀ ਕਰ ਸਕਦੇ ਹੋ ਸਭ ਤੋਂ ਪਹਿਲਾ ਕੰਮ ਕਿਹੜਾ ਕਰੋਗੇ ਜਿਹੜੇ ਕੁੜੀਆਂ ਨੂੰ ਛੇੜਦੇ ਆ ਉਹਨਾਂ ਨੂੰ ਸੁਧਾਰਾਂਗੇ ਉਹਨਾਂ ਨੂੰ ਸੁਧਾਰਾਂਗੇ ਸੋਸ਼ਲ ਕੰਮ ਤੁਸੀਂ ਦੱਸ ਰਹੇ ਸੀ ਕਿ ਕੁੜੀਆਂ ਲੈ ਗਏ ਤੁਹਾਡੀ ਮੈਂ ਤਾਂ ਦੱਸਿਆ ਤਾਂ ਉਹਨੇ ਕਹਿ ਰਹੇ ਸੀਗੇ ਤੁਹਾਡੇ ਲਈ ਕੁੜੀ ਲੱਭਾਂਗੇ ਅੱਛਾ ਆਏ ਹੋਏ ਪੁੰਨ ਦਾ ਕੰਮ ਪੁੰਨ ਦਾ ਕੰਮ ਸੋ ਜੀ ਮੰਮੀ ਡੈਡੀ ਟੀਵੀ ਦੇਖ ਰਹੇ ਨੇ ਮੇਰੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦੇਖੋ ਤੁਹਾਡੀ ਚਿੰਤਾ ਖਤਮ ਹੈ ਹੈ ਹਾਂ ਬਹੁਤਾ ਨਹੀਂ ਸੋਚਣਾ ਮੇਰੇ ਬਾਰੇ ਤੇ ਆਹ ਲੱਭਣਗੇ ਕੁੜੀ ਮੇਰੇ
ਚਲੋ ਠੀਕ ਹੈ ਕਿ ਹਾਂ ਕਿਹਦੇ ਨੂੰ ਨਹੀਂ ਹੁੰਦਾ ਕੁੜੀਆਂ ਇਹ ਨਾ ਕਰਦੀਆਂ ਹਾਂ ਨਹੀਂ ਮੈਂ ਹਾਂਜੀ ਜਾਂ ਨਾ ਜੀ ਕਹਿੰਦਾ ਲੜ ਪਾਵਾਂਗੇ ਮੈਂ ਲੜਾ ਜਾ ਕੇ ਚਲੋ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਹੁਣ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਵਧੀਆ ਇਹ ਸੁਰਮਾ ਪਾਇਆ ਲੁੱਕ ਪਾਈ ਹੈ ਸੁਰਮਾ ਹੀ ਪਾਇਆ ਇਹ ਬੜਾ ਪਾਇਆ ਇੰਨਾ ਕਾਲੋ ਕਾਲਖ ਕੀਤਾ ਪਿਆ ਕੰਮ ਵਾਲੇ ਬਸ ਵਧੀਆ ਲੱਗਦਾ ਪਾਣਾ ਹਾਏ ਹਾਏ ਅੱਛਾ ਅੱਛਾ ਇਹ ਕਿਸੇ ਲਈ ਪਾਇਆ ਨਾ ਕਿਸੇ ਲਈ ਨਹੀਂ ਪਾਇਆ ਬਸ ਆਪਣੇ ਲਈ ਪਾਇਆ ਆਪਣੇ ਚਾਹ ਪੂਰੇ ਕਰ ਲਿਓ ਰੈਡ ਲੈਦਰ ਯੈਲੋ ਲੈਦਰ ਰੈਡ ਲੈਦਰ ਯੈਲੋ ਲੈਦਰ 10 ਵਾਰ ਪੂਰਾ ਕਮਾ ਕੇ ਰੈਡ ਲੈਦਰ ਯੈਲੋ ਲੈਦਰ ਲੈਟ ਕਰੋ ਕੋਸ਼ਿਸ਼ ਇੱਕ ਵਾਰੀ ਮੈਨੂੰ ਲੱਗਦਾ ਲੈਦਰ ਦੰਦਾਂ 'ਚ ਫਸ ਜਾਂਦਾ ਇਹ ਮੇਰੇ ਵੀ ਟੇਢੇ ਆ ਕੋਈ ਚੱਕਰ ਨਹੀਂ ਤੁਹਾਨੂੰ ਪਤਾ ਜਿਹਦੇ ਦੰਦ ਟੇਢੇ ਹੁੰਦੇ ਲੱਕੀ ਹੁੰਦਾ ਹਾਂਜੀ ਬਹੁਤ ਲੱਕੀ ਆ ਮੈਂ ਹਾਂ ਸਪੋਜ਼ ਕਰੋ ਵੀ ਜੇ ਤੁਹਾਡੇ ਕੋਲੋਂ ਪਾਵਰ ਆਵੇ ਸਵੇਰੇ ਤੁਸੀਂ ਉੱਠਦੇ ਹੋ ਤੇ ਹੈਗੇ ਨਹੀਂ ਪਾਵਰ ਹੈਗੀ ਹੈ ਕੁਛ ਵੀ ਕਰ ਸਕਦੇ ਹੋ ਹਾਂਜੀ ਤੇ ਕੀ ਕੀ ਕਰੋਗੇ ਮੈਂ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਮਤਲਬ ਸਟੱਡੀ ਪ੍ਰੋਵਾਈਡ ਕਰਾਉਣੀ ਆ ਗੱਲਾਂ ਸਿਆਣੀਆਂ ਗੱਲਾਂ ਬਹੁਤ ਸਿਆਣੀ ਮੈਂ ਕਰਪਸ਼ਨ ਖਤਮ ਕਰਾਂਗੀ ਮੈਂ ਮੁੰਡਿਆਂ ਨੂੰ ਟੀਚ ਜਿਹੜੇ ਕਰਦੇ ਉਹ ਕਰਾਂਗੀ ਤੇ ਮੈਂ ਪਾਵਰ ਮਿਲੇ ਤਾਂ ਸਹੀ ਇੱਕ ਵਾਰੀ ਅੱਛਾ ਹਾਂ ਮੈਂ ਨਹੀਂ ਸਪੋਜ਼ ਕਰੋ ਮਿਲ ਗਈ ਹਾਂ ਮਿਲ ਗਈ ਬਸ ਇਹੀ ਕਰਾਂਗੇ ਅੱਛਾ ਅੱਛਾ ਆ ਗਾਣਾ ਆ ਕਿਤਾਬ ਹੈ ਇੱਕ ਵੈਬ ਡਿਜ਼ਾਈਨ ਦੀ ਤੁਹਾਡੀ ਹੈ ਹਾਂਜੀ ਫੇਵਰਿਟ ਸਬਜੈਕਟ ਸਾਡਾ ਫੇਵਰਿਟ ਹੈ ਅੱਛਾ ਇੱਥੇ ਲਿਖਿਆ ਹੈ ਵੀ ਇਟ ਇਜ਼ ਬੀਇੰਗ ਹੇਅਰ ਸਿੰਸ ਵਰਲਡ ਵਾਈਡ ਵੈਬ ਇਜ਼ ਵਿਦ ਅਸ ਬਟ ਇਟ ਹੈਜ਼ ਇਵੋਲਵਡ ਵਿਦ ਦਾ ਚਲੋ ਜੋ ਵੀ ਲਿਖਿਆ ਇਹ ਪਹਿਲੀ ਲਾਈਨ ਨੂੰ ਆਪਾਂ ਗਾਣੇ 'ਚ ਗਾਉਣਾ ਇਟ ਇਜ਼ ਬੀਇੰਗ ਹੇਅਰ ਸਿੰਸ ਵਰਲਡ ਵਾਈਡ ਵੈਬ ਇਜ਼ ਵਿਦ ਅਸ ਬਟ ਇਟ ਹੈਜ਼ ਇਵੋਲਵਡ ਵਿਦ ਦੀ ਕੰਟੀਨਿਊਸ ਐਫਰਟ ਪੁੱਟ ਇਨ ਮਾਈ ਡਿਫਰੈਂਟ ਪੀਪਲ ਇਹ ਯਾਦ ਕਰਾਂਗਾ ਯਾਦ ਹੋ ਜਾਊਗਾ ਚਲੋ ਠੀਕ ਹੈ ਥੈਂਕ ਯੂ ਥੈਂਕ ਯੂ ਤਾੜੀਆਂ ਨੂੰ ਤਾੜੀਆਂ ਬੁੜੀ ਲਈ ਥੈਂਕ ਯੂ ਅੱਗੇ ਚੱਲਦੇ ਜੀ ਆਜੋ ਆਜੋ ਖਿੱਚ ਕੇ ਬੱਲੇ 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 ਹੈ ਜਿਤਨਾ ਮਰਜ਼ੀ ਭੇਜੋ ਕੋਈ ਚੱਕਰ ਨਹੀਂ ਆਪਾਂ ਨੂੰ ਇੰਨੀਆਂ ਇੰਨੀਆਂ ਵਿਚਾਰੀਆਂ ਦੇਖੋ ਪੂਰੀਆਂ ਕੁਛ ਨਹੀਂ ਖਾਂਦੀਆਂ ਪਤਾ ਨਹੀਂ ਲੱਗਦਾ ਨਹੀਂ ਪਤਾ ਨਹੀਂ ਇਹਨੇ 1 2 3 4 ਇਹ 10 ਉਂਗਲਾਂ 'ਚ 4 ਛਾਪਾਂ ਹੈ ਇਹ ਕੀ ਸ਼ੌਂਕ ਚੜਿਆ ਫੈਸ਼ਨ ਹੈ ਨਹੀਂ ਸ਼ੌਂਕ ਚੜਿਆ ਅੱਛਾ ਸ਼ੌਂਕ ਚੜਿਆ ਹੈ ਪੰਜ ਅਤੇ ਕੀ ਹਾਲ ਚਾਲ ਫਸਟ ਕਲਾਸ ਕਿੱਥੋਂ ਬਿਲੋਂਗ ਕਰਦੇ ਹੋ ਅੰਬਾਲਾ ਤੋਂ ਅਤੇ ਆ ਨੋ ਵਧਾਏ ਤੁਸੀਂ ਵੀ ਇਹ ਕਿੱਦਾਂ ਵੈਸੇ ਹੀ ਟ੍ਰੈਂਡ ਫੈਸ਼ਨ ਅੱਛਾ 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 ਇਹ 'ਚ ਮੈਲ ਮੂਲ ਹੀ ਫਸ ਜਾਂਦੀ ਨਹੀਂ ਫਸ ਜਾਂਦੀ ਹੁੰਦੀ ਕਦੇ ਕਦੇ ਅੱਛਾ ਸਾਫ਼ ਕਰ ਲੈਂਦੇ ਹੋ ਅੱਛਾ 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 ਕੀ ਆਪਾਂ ਨੂੰ ਗਾਣਾ ਆਉਂਦਾ ਸਾਰੇ ਮਿਲ ਕੇ ਗਾਵਾਂਗੇ ਅੱਛਾ ਮਿਲ ਕੇ ਗਾਵਾਂਗੇ ਅੱਛਾ ਅੱਛਾ ਇਹ ਜਾਗੋ ਥੋੜ੍ਹੀ ਹੈ ਇਹ ਤਾਂ ਪ੍ਰੋਗਰਾਮ ਹੈ ਕਹਾਂ ਸੇ ਬਿਲੋਂਗ ਕਰਦੇ ਹੋ ਅੰਬਾਲਾ ਕੈਂਟ ਸੇ ਅੰਬਾਲਾ ਕੈਂਟ ਸੇ ਇਹ ਕੈਂਟ ਦਾ ਕੀ ਮਤਲਬ ਹੁੰਦਾ ਕੈਂਟ ਕੈਂਟ ਵੀ ਅੰਬਾਲਾ ਕੈਂਟ ਹੈ ਕੈਂਟ ਲੋਕ ਰਹਤੇ ਹੈ ਵਹਾਂ ਪੇ ਅੱਛਾ ਬਹੁਤ ਅੱਛੇ ਅੱਛੇ ਅੱਛਾ ਅਸੀਂ ਤਾਂ ਮੇਰੇ ਪਿੰਡੋਂ ਹੀ ਆਏ ਨਾ ਹੈਂ ਅਸੀਂ ਤਾਂ ਊਂ ਹੀ ਆਏ ਟੱਬਿਆਂ 'ਚੋਂ ਹੀ ਆਏ ਅਸੀਂ ਤਾਂ ਤੁਸੀਂ ਹੋ ਕੈਂਟ ਮਹਾਰਾਜ ਬਾਕੀ ਤਾਂ ਜਨਤਾ ਊਂ ਹੀ ਹੈਗੇ ਸਹੀ ਬਾਤ ਹੈ ਐਸ਼ਵਰਿਆ ਤਾਂ ਊਂ ਹੀ ਹੈ ਬਹੁਤ ਭੈੜੀ ਹੈ ਬਹੁਤ ਮਾੜੇ ਮੁਲਕ ਮੁੰਬਈ ਤਾਂ ਬਹੁਤ ਭੈੜਾ ਹੈ ਮਾੜੀ ਤਾਂ ਨਹੀਂ ਹੈ ਮਾੜੀ ਤਾਂ ਨਹੀਂ ਹੈ ਅੱਛਾ ਕੀ ਨਾਮ ਕਿਹਾ ਆਪਾਂ ਹੈਂ ਆਪਾਂ ਵੀ ਕਿਸੇ ਤੋਂ ਕੰਮ ਥੋੜੀ ਆ ਮੈਂ ਸਦਕੇ ਜਾਵਾਂ ਨਾ 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 ਠੀਕ ਹੈ ਹੈਂਜੀ ਕਰਿਸ਼ਮਾ ਤੁਹਾਡਾ ਨਾਮ ਕਰਿਸ਼ਮਾ ਓਏ ਹੋਏ ਹੀਰੋਇਨ ਵਾਲਾ ਨਾਮ ਰੱਖਿਆ ਕਰਦੇ ਨੇ ਠੀਕ ਹੈ ਠੀਕ ਹੈ ਅੱਛਾ ਤੁਹਾਨੂੰ ਜੇ ਅਗਰ ਇੱਕ ਪਾਵਰ ਮਿਲੇ ਇੱਕ ਪਾਵਰ ਮਿਲੀ ਆਪਕੋ ਕਿ ਆਪ ਸੁਬਹਾ ਉਠੇ ਔਰ ਆਪਕੋ ਭਗਵਾਨ ਨੇ ਦੀ ਹੈ ਪਾਵਰ ਇਹ ਕਿ ਆਪ ਪੂਰਾ ਦਿਨ ਕੁਛ ਵੀ ਕਰ ਸਕਤੇ ਹੋ ਕੁਛ ਵੀ ਜੋ ਆਪਕੇ ਦਿਲ ਮੇ ਹੈ ਤਾਂ ਪਹਿਲਾ ਕੰਮ ਕਿਆ ਹੋਗਾ ਐਸਾ ਮੈਂ ਪੂਰਾ ਦਿਨ ਸੋਤੀ ਰਹੂੰਗੀ ਬਸ ਔਰ ਸੈਕਿੰਡ ਕੰਮ ਗੋਆ ਤਾਂ ਜ਼ਰੂਰ ਜਾਣਾ ਚਾਹਤੀ ਹੂੰ ਮਰਕੀ ਗੋਆ ਜਾ ਕੇ ਸੋਵੋਗੇ ਨਹੀਂ ਗੋਆ ਜਾ ਕੇ ਬੀਚ ਪੇ ਜਾਉਂਗੀ ਹੁਣ ਅੱਛਾ ਉੱਥੇ ਜਾ ਕੇ ਸੋਵੋਗੇ ਵਹਾਂ ਪੇ ਜਾ ਕੇ ਡਾਂਸ ਹੁੰਦਾ ਹੈ ਇਤਨੀ ਮੌਜ ਮਸਤੀ ਹੁੰਦੀ ਹੈ ਓ ਅੱਛਾ ਸੌਂਦੇ ਬੜੇ ਡਾਂਸ ਹੁੰਦਾ ਹੈ ਵਹਾਂ ਪੇ ਬੀਚ ਪੇ ਜਾ ਕੇ ਰੇਨ ਡਾਂਸ ਹੁੰਦਾ ਹੈ ਵਹਾਂ ਪੇ ਬੀਚ ਪੇ ਜਾ ਕੇ ਮੀਂਹ ਜਨੋਂਦੇ ਲੋਕ ਹੈ ਹਾਂ ਬਹੁਤ ਮਜ਼ਾ ਆਉਂਦਾ ਹੈ ਉਸ ਸਾਡੇ ਮੀਂਹ ਆਜੇ ਵਿਚਾਰੀਆਂ ਫਸਲਾਂ ਸੁੱਕ ਜਾਂਦੀਆਂ ਹੈ ਇੱਧਰ ਮੀਂਹ ਆਵੇ ਤੁਹਾਡੀ ਡਾਂਸ ਹੀ ਡਾਂਸ ਹੁੰਦੀ ਹੈ ਮੀਂਹ ਮੈਂ ਵੀ ਡਾਂਸ ਕਰਤੀ ਹੂੰ ਮੈਂ ਤਾਂ ਬਹੁਤ ਡਾਂਸ ਕਰਤੀ ਹੂੰ ਬਰਸਾਤ ਮੇਂ ਵੀ ਮਤਲਬ ਕਿ ਜਦੋਂ ਮੀਂਹ ਆਇਆ ਉਦੋਂ ਹੀ ਨਹਾਉਣਾ ਉਸ ਨੂੰ ਨਹਾਉਣਾ ਹੀ ਨਹੀਂ ਨਹੀਂ ਵੈਸੇ ਵੀ ਨਹਾਤੀ ਹੂੰ ਮੈਂ ਉਹ ਰੋਜ਼ ਨਹਾ ਕੇ ਆਉਂਦੇ ਹੋ ਨਾ ਨਹਾ ਕੇ ਆਤੀ ਹੂੰ ਅੱਛਾ ਮੈਂ ਸੋਚਿਆ ਕ੍ਰੇਜ਼ ਅਲੱਗ ਹੁੰਦਾ ਹੈ ਕ੍ਰੇਜ਼ ਬਾਰਿਸ਼ ਮੇਂ ਨਹਾਣੇ ਦਾ ਕ੍ਰੇਜ਼ ਅਲੱਗ ਹੁੰਦਾ ਹੈ ਮੈਂ ਸੋਚਿਆ ਵੀ ਜਿਸ ਦਿਨ ਮੀਂਹ ਆਉਂਦਾ ਮੈਂ ਉਸ ਦਿਨ ਹੀ ਨਹਾਉਣੀ ਹੈ ਕਿਤੇ ਹਾਂਜੀ ਘਰ ਦੇ ਕੀ ਬੁਲਾਉਂਦੇ ਪਿਆਰ ਨਾਲ ਸੋਨੂ ਸੋਨਾ ਸੋਨਾ ਓਏ ਹੋਏ 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 ਗਲਹਿਰੀ ਹੈ ਜੀ ਬੱਤਖ ਗਲਹਿਰੀਆਂ ਬੈਠੀਆਂ ਨੇ ਬੱਤਖਾਂ ਬੈਠੀਆਂ ਨੇ ਇਹ ਭਾਈ ਚੂਚੇ ਬੈਠੇ ਨੇ ਇੱਧਰ ਫੌਜ ਬੈਠੀ ਹੈ ਬੱਲੇ ਬੱਲੇ ਮਕੈਨਿਕ ਵਾਲੇ ਆਹੋ ਜੀ
ਫਿਰ ਸਾਰੀਆਂ ਸਪਲੀਆਂ ਨਾ ਜੀ ਕਲੀਅਰ ਹੈ ਜੀ ਸਾਰੇ ਕਲੀਅਰ ਕੰਮ ਕਲੀਅਰ ਕੰਮ ਅੱਛਾ ਗਾਣਾ ਉਹਦਾ ਆਪਾਂ ਨੂੰ ਯਾਰਾਂ ਨੂੰ ਇਕੱਠਾ ਕਰ ਲਿਆ ਸੱਦ ਕੇ ਕੰਟੀਨ 'ਚ ਬੁਲਾ ਲਿਆ ਯਾਰਾਂ ਨੇ ਵੀ ਟੋਰਾਂ ਕੱਢ ਲਈਆਂ ਪੇਗ ਪੱਚ ਕੇ ਤਿਆਰੀ ਕਰ ਲਈਆਂ ਸੁਣੀਆਂ ਸੀ ਕਾਲਜ ਦੀ ਮੰਡੀਰ ਨੇ ਆਉਣਾ ਯਾਰਾਂ ਨੇ ਵੀ ਫੁੱਲ ਤਿਆਰੀ ਕਰ ਲਈ ਕੋਈ ਵੀ ਇੱਥੇ ਕਿਸੇ ਤੋਂ ਘੱਟ ਨਹੀਂ ਆਉਣਾ ਸਾਰੇ ਹੀ ਇੱਥੇ ਸਟਾਰ ਬਣਦੇ ਸੁਣਿਆ ਸੀ ਕਾਲਜ ਦੀ ਮੰਡੀਰ ਨੇ ਆਉਣਾ ਅਗਲੇ ਸ਼ੋਅ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਸੋ ਮਚ